ਤੁਸੀਂ ਹੁਣ ਮੈਨੂੰ ਇਹ ਦੱਸੋ ਉਹ ਪੱਖਾ ਤਾਂ ਬਿਜਲੀ ਨਾਲ ਚੱਲਣਾ ਪਿਆ, ਇਹ ਜਿਹੜਾ ਪੱਖਾ ਹੈਗਾ ਆਪਣੇ ਆਪ ਹੀ ਚੱਲਣਾ ਸ਼ੁਰੂ ਹੋ ਜਾਵੇ। ਤੁਸੀਂ ਤੇ ਗੱਲ ਸੁਣ ਨਾ, ਇਧਰ ਮੇਰੀ ਗੱਲ ਸੁਣੀ ਕਿ ਨਹੀਂ, ਇਹ ਕਿਸੀ ਲਾਇਆ ਬਰਫੜਦਾਰ ਇੱਥੇ ਬੈਠੇ ਨੇ ਖੈਰ ਖੜੀ ਤੱਕਣੇ ਸੀ ਮਾਸ਼ਾਅੱਲਾ ਇੱਥੇ ਆਉਂਦੇ। ਔਰ ਇਹ ਗੱਲ ਵੀ ਤੁਹਾਨੂੰ ਮੈਂ ਦੱਸਾਂ, ਰੱਬ ਦੇ ਰੱਬ ਦੇ ਰਸੂਲ ਦੀ ਬੜੀ ਮਿਹਰਬਾਨੀ, ਬੜੀ ਵੱਡੀ 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 ਮਿਹਰਬਾਨੀ। ਇਹ ਪੀਰ ਸਾਹਿਬ ਨਹੀਂ, ਤੁਸਾਂ ਨੂੰ ਮੈਂ ਗੱਲ ਆਖਰੀ ਗੱਲ ਜਾਣੀ ਜਾਂਦੀ ਹੋਰ ਦੱਸ ਜਾਣਾ। ਤੁਸਾਂ ਦੇ ਘਰ ਬੱਚਾ ਪੈਦਾ ਹੁੰਦਾ ਨਾ ਕੌਣ ਰੱਖਣਾ, ਬੋਲੋ ਤੁਹਾਡੇ ਘਰ ਬੱਚਾ ਪੈਦਾ ਹੋਵੇ ਤੇ ਨਾ ਕੌਣ ਰੱਖਣਾ, ਆਪ ਹੀ ਰੱਖਣੇ। ਮੁਬਾਰਕ ਹੋਵੇ ਹਜ਼ੂਰ ਸਾਹਿਬ, ਆਪਦੇ ਖੈਰ ਮੁਬਾਰਕ ਮਰੀਜ਼ ਦੇ ਨਾਲ ਸੁਣ ਸੁਣਿਆ, ਕਹਿਣਾ ਹਜ਼ੂਰ ਮਠਿਆਈ ਨਾ ਲੈ ਆਈਏ, ਕਹਿੰਦਾ ਜਾਓ ਲਿਆਓ ਮਠਿਆਈ ਆਉਂਦੀ ਹੈ, ਉਹਨਾਂ ਆਖਿਆ ਜੀ ਦੁਆ ਕਰੋ। ਆਪ ਦੁਆ ਵੀ ਕੀਤੀ, ਨਾਲ ਹੀ ਜਿਹੜੇ ਮਰੀਜ਼ ਦੇ ਨਸੇ ਕਹਿਣਾ ਕਿ ਜੀ ਇਹਨਾਂ ਦਾ ਨਾਂ ਰੱਖੋ, ਕਹਿਣਾ ਕਿ ਇਹਨਾਂ ਦਾ ਨਾਂ ਰੱਖੋ, ਕਹਿਣਾ ਜੀ ਇਹਨਾਂ ਦਾ ਨਾਂ ਰੱਖਣਾ ਤੁਸਾਂ ਦਾ ਫਰਜ਼ ਬਣਦਾ, ਕਹਿਣਾ ਜੀ ਇੱਕ ਦਾ ਨਾਂ ਕੁੱਤਾ ਦੂਏ ਦਾ ਨਾਂ ਬਿੱਲਾ। ਨਾ ਜੀ ਹਜ਼ੂਰ ਬੱਚੇ ਹੁਣ ਤੁਸਾਂ ਦੇ ਇਸੇ ਕੁੱਤੇ ਦੇ ਬਿੱਲੇ, ਕਹਿਣਾ ਇਹਨਾਂ ਨੂੰ ਨਾਮ ਮੈਂ ਦੇਣਾ, ਆਦਰ ਸਾਹਿਬ ਆ ਕੇ ਇਹਨਾਂ ਨੂੰ ਨਾਮ ਮੈਂ ਦੇਣਾ, ਇਹ ਨਾਂ ਆਪਣੇ ਖੁਦ ਪੈਦਾ ਕਰ ਸਕਣ, ਖੁਦ ਪੈਦਾ ਕਰ ਸਕਣ, ਔਰ ਜਿਸਦਾ ਨਾਂ ਰੱਖਿਆ ਕੁੱਤਾ ਕੁਤਬ ਦੀ ਡਿਊਟੀ ਤੇ ਗਿਆ, ਜਿਹਦਾ ਨਾਂ ਰੱਖਿਆ ਬਿੱਲਾ ਬਕਾ ਬਿੱਲੇ ਦੀ ਡਿਊਟੀ ਤੇ ਗਿਆ, ਇਹ ਨਾਂ ਪੈਦਾ ਕੀਤੇ ਨਾ। ਇਸੀ ਵਾਸਤੇ ਤੁਸੀਂ ਵੀ ਅਗਰ ਕੋਈ ਬੱਚੀਆਂ ਬੱਚੇ ਤੁਹਾਡੇ ਘਰ ਪੈਦਾ ਹੋਇਆ ਕਰਨ, ਇਹ ਉਹਨਾਂ ਤੇ ਛੋੜਿਆ ਕਰੋ, ਉਹਨਾਂ ਤੇ ਛੋੜਿਆ ਕਰੋ, ਪਤਾ ਲੱਗਿਆ ਕਿ ਪਤਾ ਲੱਗੇ ਇਹ ਨਾਂ ਕਿਹਦੀ ਕਮਾਂਡ ਹੈ, ਕਿਹ ਜਿਹੜਾ ਮੈਂ ਤੁਸਾਂ ਦੇ ਸਾਹਮਣੇ ਬੈਠਿਆ ਨਾ, ਇਹਦਾ ਮੇਰੀ ਗੱਲ ਸੁਣੀ ਕਿ ਨਹੀਂ, ਜਿਹੜਾ ਮੈਂ ਬੈਠਿਆ ਇਹ ਮੇਰੇ ਰੱਬ ਦਾ ਮੇਰੇ ਮੁਰਸ਼ਿਦ ਪਾਕ, ਮੇਰੇ ਰੱਬ ਦਾ ਮੇਰੇ ਮੁਰਸ਼ਿਦ ਪਾਕ, ਨਬੀ ਅਲੈਹਿ ਸਲਾਤੁ ਵਸਲਾਮ ਦਾ ਸਰਕਾਰ ਹੌਸ ਪਾਕ ਦਾ, ਔਰ ਸਰਕਾਰ ਹੌਸ ਪਾਕ ਦੀ ਜਿਹੜੀ ਯਾਰਮੀ, ਇਹ ਤੁਸਾਂ ਪਤਾ ਹੈ ਮੈਂ ਕਿਤਨੇ ਸਾਲ ਹੋ ਗਏ ਦਿੰਦਾ ਪਿਆ, ਉਮਰ ਹੈ 72 ਸਾਲ, ਯਾਰਵੀਂ ਕਰਵਾਉਂਦੇ ਤੁਹਾਨੂੰ ਹੋ ਗਏ 73 ਸਾਲ, ਇਹ ਕੀ ਮੈਂ ਆਖਿਆ ਅੱਲਾ ਦੇ ਬੰਦਿਓ ਮੇਰੀ ਉਮਰ ਹੈ 72 ਸਾਲ, 17 ਸਾਲ ਮੇਰੀ ਅੰਮੀ ਔਰ ਬੂੜੇ ਦੇ ਚਾਵਲਾਂ ਦੇ ਯਾਰ ਵੀ ਕਰਵਾਉਂਦੇ ਹਨ 17 ਸਾਲ, ਉਹ 17 ਸਾਲ ਵਿੱਚ ਪਾ ਕੇ 73 ਸਾਲ ਹੋ ਗਏ ਉਹਨਾਂ ਦੀ ਯਾਰਵੀਂ ਵਿੱਚ ਪਾ ਕੇ, ਮਾਸ਼ਾ ਅੱਲਾ ਇਹ ਵੀ ਬੜੀ ਗੱਲ ਹੈ, ਬੜੀ ਗੱਲ ਹੈ। ਮਾਂ ਉੱਠ ਕੇ ਆਪਣੇ ਪੁੱਤਰ ਨੂੰ ਆਖੇ, ਇਹ ਪੁੱਤਰ ਇੰਨਾ ਅਰਸਾ ਮੈਂ ਕਰਵਾਈ, ਅੱਗੇ ਹੁਣ ਮਾੜਾ ਪੁੱਤਰ ਚਲਾਵੇ ਇੱਥੋਂ ਅੱਗੇ, ਇਹ ਗੱਲ ਆਖੀ ਨੀ ਇੱਥੋਂ ਅੱਗੇ, ਤਾਂ ਜਾ ਕੇ ਮੈਂ ਉੱਥੋਂ ਅੱਗੇ ਸ਼ਾਮਲ ਹੋਇਆ। ਮੇਰੀ ਅੰਮੀ ਦੀ ਇਹ ਤਸਦੀਕ ਹੈ, ਤਸਦੀਕ ਜਿਹੜੀ ਗੱਲ ਮੈਂ ਆਖਣਾ ਪਿਆ, ਔਰ ਤੁਸਾਂ ਨੂੰ ਸਾਰਿਆਂ ਕੋਲੋਂ ਮੈਂ ਵੱਡੀ ਗੱਲ ਦੱਸਾਂ, ਵੱਡੀ ਵੱਡੀ ਇਹ ਝੂਠਾ ਲਾਰਾ ਨਹੀਂ ਲੱਗਦਾ, ਪੈਟਰੋਲ ਤਲੇ ਆਸੂ ਆਹੋ ਇਨਸ਼ਾਅੱਲਾ, ਡਾਲਰ ਵੀ ਤਲੇ ਆਸੀ ਆਹੋ ਇਨਸ਼ਾਅੱਲਾ, ਔਰ ਉਸ ਤੋਂ ਬਾਅਦ ਇਹ ਜਿਹੜੇ ਹੋਰ ਜਿਹੜੇ ਮਾਮਲਾਤ ਹੈਗੇ ਹੈ ਇਹ ਵੀ ਸਾਰੇ ਤਲੇ ਆਸਨ ਆਹੋ ਇਨਸ਼ਾਅੱਲਾ। ਇਹ ਜਿਹੜੀ ਮਹਿੰਗਾਈ ਹੈਗੀ ਇਹ ਮਹਿੰਗਾਈ ਨਹੀਂ ਰਹਿਣ ਲੱਗੀ, ਨਾ 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 ਨਾ, ਅਸੀਂ ਇੱਧਰ ਮੇਰੀ ਗੱਲ ਸੁਣੀ ਕਿ ਨਹੀਂ, ਔਰ ਮੈਨੂੰ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਮੇਰੀਆਂ ਨਜ਼ਰਾਂ ਤੋਂ ਗੁਜ਼ਰੀਆਂ, ਮੇਰੀਆਂ ਨਜ਼ਰਾਂ ਤੋਂ ਜਿਹੜੀਆਂ ਕਿਤਾਬਾਂ ਮੇਰੀਆਂ ਨਜ਼ਰਾਂ ਤੋਂ ਗੁਜ਼ਰੀਆਂ, ਉਹਨਾਂ ਬਹੁਤ ਸਾਰੀਆਂ ਕਿਤਾਬਾਂ 'ਚ ਲਿਖਿਆ ਆ, ਇਹ ਜਿਹੜਾ ਪਾਕਿਸਤਾਨ ਹੈਗਾ, ਪਾਕਿਸਤਾਨ ਨਬੀ ਅਲੈਹਿ ਸਲਾਤੁ ਵਸਲਾਮ ਫਰਮਾਉਂਦੇ ਇਹ ਮੇਰੇ ਤੇ ਦਰੂਦ ਭੇਜਣੇ ਵਾਲਿਆਂ ਦਾ ਮੁਲਕ ਹੈ,
ਦਰੂਦ ਭੇਜਣੇ ਨੇ ਨਾ ਮੁਲਕ ਦਰੂਦ ਇੱਥੇ ਮੇਰੇ ਤੇ ਪਾਕਿਸਤਾਨੀ ਮੇਰੇ ਤੇ ਬੜਾ ਦਰੂਦ ਪੜਿਆ ਜਾਂਦਾ ਮਾਸ਼ਾ ਅੱਲਾ ਇੱਕ ਦਰੂਦ ਦੱਸਾਂਗੀ ਇਹ ਜਿਹੜੀ ਮਹਿਫਲ ਹੈ ਮਾਸ਼ਾ ਅੱਲਾ ਜਿਹੜੀ ਤੁਸਾਂ ਫੁੱਲਾਂ ਨਾਲ ਸਜੀ ਇਹ ਹੀ ਲੱਗਣੀ ਪਈ ਅਸਾਂ ਵੀ ਦਰੂਦ ਦੀ ਇੱਕ ਬੜੀ ਵੱਡੀ ਇੱਕ ਮੰਤਵ ਹੈ ਪੜ੍ਹਨੀ ਅਸੀਂ ਦਿੱਤੀ ਸੀ ਮਾਸ਼ਾ ਅੱਲਾ ਔਰ ਛਿੱਟੀਆਂ ਦਿਹਾੜੀਆਂ ਚੋਂ ਪੜ੍ਹੀ ਵੀ ਗਿਆ ਸੀ ਮਾਸ਼ਾ ਅੱਲਾ ਇਹ ਗੱਲ ਵੀ ਨਾਲ ਦੱਸਾਂ ਅੱਲਾ ਮਿਹਰਬਾਨੀ ਫਰਮਾਵੇ ਇਹ ਜਿਹੜਾ ਦਰੂਦ ਹੁੰਦਾ ਇਧਰ ਮੇਰੀ ਗੱਲ ਸੁਣੀ ਚਿੜੀਆਂ ਇਹ ਇਸ ਜਹਾਨ ਵਿੱਚ ਹੀ ਕੰਮ ਆਉਂਦਾ ਹੈ ਅਗਲੇ ਜਹਾਨ ਵਿੱਚ ਵੀ ਕੰਮ ਆਉਂਦਾ ਹੈ ਅਗਲੇ ਜਹਾਨ ਵਿੱਚ ਜਿਹਨੇ ਕਬਰ ਸੀ ਨਾ ਹਨੇਰੀ ਹੈ ਤੁਸਾਂ ਨੂੰ ਨਜ਼ਰ ਕੋਈ ਨਾ ਸੀ ਅਗਰ ਤੁਸਾਂ ਦਰੂਦ ਪੜ੍ਹੇ ਦੋ ਸੀ ਤੁਸਾਂ ਦੀ ਕਬਰ ਅੰਦਰ ਆਪਣੇ ਆਪ ਨੂਰ ਪੈਦਾ ਹੋ ਸੀ ਨੂਰ ਪੈਦਾ ਹੋ ਸੀ ਹਾਂ ਔਰ ਨਾਲ ਮੈਂ ਤੁਹਾਨੂੰ ਅਈਆਂ ਮੈਨੂੰ ਆਖਣਾ ਨਹੀਂ ਚਾਹੀਦਾ ਨਾ ਨਾ ਮੈਨੂੰ ਨਹੀਂ ਆਖਣਾ ਚਾਹੀਦਾ ਨਾ ਹੁਣ ਮੈਂ ਇਵੇਂ ਕਿਸੇ ਨੂੰ ਖੁਸ਼ ਕਰਦਾ ਰਿਹਾ ਨਾ ਇੱਥੇ ਕਿਸੇ ਹੋਰ ਦਾ ਕੋਈ ਕੰਮ ਨਹੀਂ ਹੈਗਾ ਨਾ ਪਾਕਿਸਤਾਨ ਜਿਹੜਾ ਆਇਆ ਇਹ ਮੇਰੀ ਗੱਲ ਸੁਣੀ ਕਿ ਨਹੀਂ ਇਹ ਹੁਣ ਮੈਂ ਤੁਸਾਂ ਨੂੰ ਜ਼ਰਾ ਥੋੜ੍ਹਾ ਜਿਹਾ ਪਾਕਿਸਤਾਨ ਦਾ ਮਫਹੂਮ ਦੱਸਣ ਲੱਗਾ ਇੱਧਰ ਮੇਰੀ ਗੱਲ ਸੁਣੀ ਕਿ ਨਹੀਂ ਉਹ 2038 ਲਿਖਿਆ ਪਾਕਿਸਤਾਨ ਬਣਿਆ ਕੁਰਾਨ ਦੀ ਨਿਗਾਹ ਔਰ ਦੁਆ ਨਾਲ ਐਵੇਂ ਨਾ ਆਖੋ ਪਹਿਲੇ ਗੱਲ ਸੁਣ ਕੇ ਨਹੀਂ ਅਗਰ ਗੱਲ ਮਿਲਦੀ ਹੋਵੇ ਤਾਂ 20 ਦਫ਼ਾ ਇਹ ਕੁਰਾਨ ਦੀ ਨਿਗਾਹ ਔਰ ਦੁਆ ਨਾਲ ਜਿਹੜਾ ਇੱਧਰ ਮੇਰੇ ਕੋਲ ਜਿਹੜਾ ਪਾਕਿਸਤਾਨ ਬਣਿਆ ਇਹ ਬਣਿਆ 47 ਕਦੋਂ ਬਣਿਆ 47 ਨੂੰ ਜਮ੍ਹਾਂ ਕਰੋ ਤੇ ਕੀ ਬਣਦਾ ਯਾਰ ਇਹ ਤੇ ਮੈਂ ਯਾਰਵੀਂ ਲਈ ਸਰਕਾਰ ਗੌਸ ਪਾਕ ਦੀ ਨਿਗਾਹ ਔਰ ਦੁਆ ਤੁਹਾਡੇ ਤੇ ਵੀ ਮੇਰੇ ਤੇ ਵੀ ਹਰ ਆਉਣੇ ਅੱਲੇ ਤੇ ਇੱਧਰ ਮੇਰੀ ਗੱਲ ਸੁਣੀ ਕਿ ਨਹੀਂ ਨਿਗਾਹ ਵੀ ਹੈ ਔਰ ਦੁਆ ਵੀ ਹੈ ਮਾਸ਼ਾ ਅੱਲਾ ਜਿਹੜੀ ਗੱਲ ਤੁਹਾਡੇ ਨਾਲ ਕਰਨਾ ਪਿਆ ਵੱਡੀ ਗੱਲ ਕਰਨਾ ਪਿਆ ਔਰ ਦੂਸਰੇ ਨੰਬਰ ਉੱਪਰ ਜਿਹੜੀ ਸੂਰਤ ਮੁਹੰਮਦ ਹੈ ਕੀ ਆਖਿਆ ਸੂਰਤ ਮੁਹੰਮਦ ਹੈ ਜਿਹੜੀ ਇਹ ਤੁਸਾਂ ਪਤਾ ਹੈ ਕਿਤਨੇ ਨੰਬਰ ਤੇ ਸੂਰਤ ਮੁਹੰਮਦ ਦੀਆਂ ਜਿਹੜੀਆਂ ਆਇਤਾਂ ਹੈਗੀਆਂ ਉਹ ਕਿਤਨੀਆਂ ਜਰਾ ਗੱਲ ਹੋਰ ਨਾਲ ਜ਼ਿਹਨ ਵਿੱਚ ਗੱਲ ਰੱਖੋ ਜ਼ਿਹਨ ਵਿੱਚ ਇਹ ਨਹੀਂ ਇੱਧਰ ਮੇਰੀ ਗੱਲ ਸੁਣੀ ਕਿ ਨਹੀਂ ਹੋ ਕਰੋ ਕਸਮ ਖਾ ਕੇ ਆਣੀ ਪਿੰਜਰ ਸਾਹਿਬ ਦੀਆਂ ਗੱਲਾਂ ਨਹੀਂ ਸੁਣਨੀਆਂ ਆਪਣਾ ਕੋਈ ਕੰਮ ਲਾਈ ਰੱਖਣਾ ਆਪਣਾ ਸਿਸਟਮ ਲਾਈ ਰੱਖਣਾ ਨਾ ਇਹ ਜਿਹੜੀ ਗੱਲ ਤੁਹਾਨੂੰ ਮੈਂ ਆਖਣਾ ਇਹ 2038 ਵਿੱਚ ਇਹ ਥੱਲੇ ਲਿਖਿਆ ਰਹਾ 2038 ਸੇ ਪਹਿਲੇ ਬੜੇ ਸਗੀਰ ਪਾਕੋ ਹਿੰਦ ਪਰ ਸਾਨੀਏ ਮਦੀਨਾ ਪਾਕਿਸਤਾਨ ਸਲਤਨਤ ਆ ਇਹ ਮਰਕਜ਼ੇ ਵਜੂਦ ਮੇ ਆਨੇ ਵਾਲੀ ਹੈ ਔਰ ਇਨਸ਼ਾਅੱਲਾ ਬਾਹੁਕਮੇ ਮੇਰੇ ਰੱਬ ਦੇ ਨਾਲ ਹੀ ਮੇਰੀ ਗੱਲ ਸੁਣੀ ਕਿ ਨਹੀਂ ਇਹ ਸਲਤਨਤ ਬਣਸੀ ਔਰ ਜਿਹੜਾ ਬੰਦਾ ਇਸ ਨੂੰ ਬੜਾ ਸੀ ਇਹ ਵੀ ਤੁਸਾਂ ਪਤਾ ਹੀ ਆ ਹੈ ਉਹ ਬੰਦਾ ਕੌਣ ਹੈ ਉਹ ਬੰਦਾ ਕੌਣ ਹੈ ਉਹਦਾ ਨਾਂ ਹੈ ਹਬੀਬੁੱਲਾ ਆ ਉਹ ਇਰਾਨ ਹੀ ਜਿਹਾ ਸੀ ਨਾ ਖਮੀਨੀ ਹੈ ਅਸੀਂ ਖਮੀਨੀ ਆਇਆ ਸੀ ਅੱਲਾ ਦੇ ਅੰਬਰ ਨਾਲ ਆਇਆ ਸੀ ਇਹ ਹਬੀਬੁੱਲਾ ਵੀ ਆ ਸੀ ਅੱਲਾ ਦੇ ਅੰਬਰ ਨਾਲ ਆ ਸੀ ਔਰ ਇਨਸ਼ਾਅੱਲਾ ਆ ਸੀ ਇਹ ਮੈਂ ਤੱਕਣਾ ਪਿਆ ਜਿਹੜੀ ਗੱਲ ਤੁਹਾਨੂੰ ਆਖਣਾ ਪਿਆ ਸਾਰੇ ਉੱਠ ਕੇ ਖੜੋ ਹੈ ਦੋ ਸ਼ੇਰ ਸਲਾਤੋ ਸਲਾਮ ਨੇ ਫਿਰ ਉਸ ਤੋਂ ਬਾਅਦ ਖਤਮ ਸ਼ਰੀਫ ਤੋਂ ਬਾਅਦ ਦੁਆ ਉੱਠੋ ਬਿਸਮਿਲ੍ਲਾ।